ਨਸ਼ੇ ਦੀ ਪੂਰਤੀ ਲਈ ਇੱਕ ਵਿਅਕਤੀ ਨੇ ਆਪਣੇ ਖੇਤਾਂ ਦੇ ਵਿੱਚ ਹੀ ਪੋਸਤ ਦੀ ਖੇਤੀ ਕਰ ਦਿੱਤੀ। ਤਾਂ ਦੱਸ ਦਈਏ ਕਿ ਉਸਦਾ ਕਹਿਣਾ ਹੈ ਕਿ ਉਹ ਅਕਸਰ ਹੀ ਪੋਸਤ ਦਾ ਨਸ਼ਾ ਕਰਦਾ ਹੈ ਤੇ ਉਸਦੀ ਪੂਰਤੀ ਦੇ ਲਈ ਉਸਨੇ ਆਪਣੇ ਖੇਤਾਂ ਦੇ ਵਿੱਚ ਹੀ ਅਫੀਮ ਦੀ ਖੇਤੀ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਤੇ BSF ਨੇ ਸਾਂਝੇ ਓਪਰੇਸ਼ਨ ਦੇ ਦੌਰਾਨ 1200 ਦੇ ਕਰੀਬ ਬੂਟਿਆਂ ਨੂੰ ਨਸ਼ਟ ਕੀਤਾ। ਕਿਹਾ ਜਾ ਰਿਹਾ ਕਿ 1200 ਦੇ ਕਰੀਬ ਪੋਸਤ ਦੇ ਇਹ ਬੂਟੇ ਉਸ ਵਿਅਕਤੀ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਹੀ ਲਗਾਏ ਹੋਏ ਸੀ ਤੇ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ। ਹਾਲਾਂਕਿ ਜਦੋਂ ਪੁਲਿਸ ਨੇ ਮੌਕੇ ਦੇ ਉੱਤੇ ਜਾ ਕੇ ਉਹਨਾਂ ਬੂਟਿਆਂ ਨੂੰ ਦੇਖਿਆ ਤਾਂ ਇੱਕ ਵਾਰ ਤਾਂ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ਕਿ ਆਖਰ ਪਾਬੰਦੀਆਂ ਦੇ ਬਾਵਜੂਦ ਕਿਸ ਤਰੀਕੇ ਦੇ ਨਾਲ ਇਹ ਸ਼ਰੇਆਮ ਖੇਤੀ ਕੀਤੀ ਹੋਈ ਸੀ। ਤਾਂ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ। ਹਾਲਾਂਕਿ ਇਸ ਦੌਰਾਨ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤਾਂ ਉਸਦਾ ਕਹਿਣਾ ਉਸਦੇ ਕੋਲ 3.5 ਕਿੱਲੇ ਜ਼ਮੀਨ ਠੇਕੇ ਦੇ ਉੱਤੇ ਹੈ ਤੇ ਉਹ ਪੋਸਤ ਦਾ ਨਸ਼ਾ ਕਰਦਾ ਹੈ ਤੇ ਉਸਨੇ ਨਸ਼ੇ ਦੀ ਪੂਰਤੀ ਦੇ ਲਈ ਹੀ ਇਹ ਖੇਤੀ ਜੋ ਹੈ ਉਹ ਖੁਦ ਕੀਤੀ ਸੀ। ਤਾਂ ਦੱਸ ਦਈਏ ਕਿ ਇਸ ਦੌਰਾਨ ਉਸਦਾ ਬਿਆਨ ਵੀ ਸਾਹਮਣੇ ਆਇਆ ਕਿ ਆਖਰ ਉਸਨੇ ਐਸਾ ਕਿਉਂ ਕੀਤਾ ਹੋਇਆ ਸੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਤਾਂ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ। ਸਰਹੱਦੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਨਸ਼ੇ ਦੀ ਪੂਰਤੀ ਦੇ ਲਈ ਆਪਣੇ ਹੀ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰ ਦਿੱਤੀ। ਇੱਕ ਨਹੀਂ ਦੋ ਨਹੀਂ ਸਗੋਂ ਕਿਹਾ ਜਾ ਰਿਹਾ ਕਿ 1200 ਦੇ ਕਰੀਬ ਬੂਟਿਆਂ ਦੀ ਖੇਤੀ ਕੀਤੀ ਹੋਈ ਸੀ। ਮੈਨੂੰ ਮੰਨਲੀ ਗੱਲ ਵੀ ਟੈਕ ਦਾ ਵੀ ਰੋਗ ਹੈਗਾ ਹੈ, ਸ਼ੁਕਰ ਦਾ ਵੀ ਹੈ, ਦਰੰਗ ਵੀ ਹੋ ਜਾਂਦੀ ਹੈ। 20 ਸਾਲ ਹੋ ਗਿਆ ਮੈਨੂੰ ਖਾਂਦੇ ਨੂੰ ਤੇ ਮੁੱਲ ਨਹੀਂ ਲਿਆ ਜਾਂਦਾ, ਨਾ ਮਿਲਦਾ ਕਿਰੋ। ਤੇ ਮੈਂ ਆਪ ਵਾਸਤੇ ਮੰਜੇ ਵੀ ਜਿੰਨੀ ਥਾਂ ਬੀਜੀ ਸੀ ਖਾਣ ਵਾਸਤੇ ਤੇ ਉਹ ਵੀ ਕੱਚਾ ਪੱਟਾ ਤੇ ਪੱਟਾ ਗਿਆ ਖੇਤ 'ਚ। ਖੇਤ ਇਹਦਾ ਥਾਣੀ ਬਚਨ ਸਿੰਘ, ਇਹ ਵੇਖ ਲੂ ਜਾਣਦਾ ਹੁਣ ਅੱਗੇ ਤੂੰ ਵੀ ਆਏ ਨਾਲ ਹੀ ਹੈਗੇ, ਪਰ ਇਹ ਪਤਾ ਨਹੀਂ ਹੁਣ ਸਰਦਾਰ ਹੁਣ ਪਤਾ ਲੱਗਾ ਕੋਨਾਂ ਨੂੰ ਲੱਗਾ ਉਸ 20 ਸਾਲ ਹੋ ਗਏ ਬੂਟੇ ਤਾਂ ਤਾਜ਼ਾ ਹੀ ਹੈਗਾ, ਇਹਨਾਂ ਮਹੀਨਾ ਕਿ ਨਹੀਂ ਹੈਗਾ ਜਨਾਬ, 1000-1200 ਤਾਂ ਹੈਗਾ ਹੀ ਹੋਵੇਗਾ। ਕਾਰਵਾਈ ਸਾਹ ਬੁਰਾ ਲਾਇਆ ਆਉਂਦਾ ਹੁਣ ਹੈਗਾ ਨਾ ਦੀ ਨੌਜ ਟਾਣੀ ਬਚਨ ਸਿੰਘ, ਬੜੀ ਦੂਰ ਹੈ ਪਿੱਛੋਂ ਹੁਣ ਮੈਂ ਹੀ ਇਕੱਲਾ ਹੈਗਾ ਸੀ। ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤਾਂ ਲਈ ਹੋਈ ਹੈ ਅਤੇ ਜ਼ਮੀਨ ਹੋਈ 3.5 ਕਿੱਲੇ ਤਾਂ ਗਾਣੇ ਰੱਖੀ ਹੋਈ ਹੈ, ਦਿਹਾੜੀ ਦੱਪਾ ਵੀ ਕਰਦਾ ਹੁਣ ਹੁਣ ਨਹੀਂ ਹੁੰਦੀ। ਸਰਕਾਰੀ ਗੱਡੀ 'ਤੇ ਛੱਤੀ ਪੁਰਸ਼ਾਂ ਦੀ ਤਲਾਸ਼ ਵਾਸਤੇ ਜਾ ਰਹੇ ਸੀ, ਚੌਂਕੀ ਏਰੀਆ ਤੋਂ ਚੱਕ ਖੀਵਾ ਪਾਉਂਦਾ ਲੱਗ ਗਿਆ। ਪੁਲਿਸ ਪਾਰਟੀ ਦੇ ਨਾਲ ਅੱਗੇ BSF ਦਾ ਸਾਨੂੰ ਮੁਲਾਕੀ ਹੋਈ, ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਏ ਦੀ ਗਸ਼ਤ ਕਰਨ ਜਾ ਰਹੇ ਸੀ। ਜਦ ਢਾਣੀ ਬਚਨ ਸਿੰਘ ਦੇ ਪਿੱਛੇ ਸੀ ਥੋੜ੍ਹੀ ਜਿਹੀ, ਸਾਨੂੰ ਮੁਕੋਰ ਨੇ ਇਤਲਾਹ ਦਿੱਤੀ ਵੀ ਟਿੱਕਣ ਸਿੰਘ ਜਿਹੜਾ ਹੈਗਾ ਨਾ, ਟਿੱਕਣ ਸਿੰਘ ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ, ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ, ਇਹਨੇ ਆਪਦੇ ਖੇਤ ਵਿੱਚ ਪੋਸਤ ਦੀ ਖੇਤੀ ਦੇ ਬੂਟੇ ਲਾਏ ਹੋਏ ਨੇ। ਅਸੀਂ ਇਤਲਾਹ ਸਾਨੂੰ ਠੋਸ ਵਾਰ ਮੁੱਖ ਵਿਭਾਗ ਨੇ ਦਿੱਤੀ ਸੀ, ਜਿਸ ਦੇ ਆਧਾਰ 'ਤੇ ਅਸੀਂ ਫਿਰ ਕਾਰਵਾਈ ਅਮਲ 'ਚ ਲਿਆਂਦੀ। ਸਾਂਝੇ ਤੌਰ 'ਤੇ BSF 'ਤੇ ਅਸੀਂ ਸਾਂਝੇ ਆਪਰੇਸ਼ਨ ਕਰਕੇ ਕਰੀਬ 1100-1200 ਬੂਟੇ ਸੀ, ਉਹ ਅਸੀਂ ਵਜ਼ਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ, ਪੱਤੇ ਜੇ ਪਾ ਕੇ 13 ਕਿੱਲੋ 400 ਗ੍ਰਾਮ ਹੋਇਆ ਵਜ਼ਨ ਹੈ। ਪੌਦੇ ਨੂੰ ਪੁੱਟ ਕੇ ਅਸੀਂ ਨਾ ਪਲਾਸਟਿਕ ਗੱਟੇ 'ਚ ਪਾ ਕੇ, ਇਹ ਜਿਹੜਾ ਹਿੰਮਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ, ਇਹਦੇ ਉੱਤੇ ਖੇਤ 'ਚ ਪੱਠੇ ਨੇ ਅਤੇ ਕੋਈ ਧਨੀਏ ਦੀ ਖੇਤੀ ਲਾਈ ਹੋਈ ਸੀ, ਕੁਛ ਧਨੀਏ ਦੀ ਖੇਤੀ ਦੇ ਵਿੱਚ ਸੀ, ਕੁਛ ਇਹਨੇ ਅਲੱਗ ਬੀਜੀ ਹੋਈ ਸੀ ਸਰਸਾਈ ਜਗ੍ਹਾ। ਇਹ ਬੰਦਾ ਨਸ਼ਾ ਕਰਨ ਦਾ ਆਦੀ ਹੈ, ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਏ ਹੋਏ ਸੀ, ਪਰ ਇਸ ਕਰਕੇ ਅਸੀਂ ਇਹਨੂੰ ਮਾਲ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ, ਮਾਮਲਾ ਦਰਜ ਮੁਕਦਮਾ ਦਰਜ ਕਰਤਾ ਜੀ।